अपना बेहतर भविख बनाउन दे लई पंजाब दे नौजवान विदेशां च जाके मेहनत करदे ने। परिवार भी अपनी सारी जमा पूंजी लगा के इन्हां नूं बाहर भेजदे ने, पर विदेशां च पंजाबी नौजवानां दीआं मौतां दीआं खबरां भी आउंदीआं रहिंदीआं ने, जिस तों बाद इन्हां परिवारां दा तां जहान ही उजड़ जांदा है। फ्रांस शहर दे विच इसे साल हुण तक 16 पंजाबियां दी मौत हो चुकी है, जिस विच संस्था दे वल्लों इकबाल सिंह 9 दीआं अस्थियां वापस पंजाब लैके आए ने ते इन्हां दे परिवारां नूं सौंप दित्तियां ने, ते मौके ते पहुंचे परिवार दे जी भावुक हो गए ते रो रो के उन्हां दा बुरा हाल हो जांदा है। दस दिए कि 16 दे विचों 11 दी मौत तां हार्ट अटैक नाल होई सी ते परिवार काफ़ी लंबे समय तो इन्हां दीआं अस्थियां वापस पंजाब मंगवाउण दे लई गुहार लगा रहा सी। इस संस्था ने दस्या कि साडा मकसद हर व्यक्ति दे फुल्लां नूं उन्हां दे परिवार तक पहुँचाना है ते लोकां तक इह संदेश भी पहुँचा सकीए कि उन्हां दी संस्था विदेश च मर चुके व्यक्तियां दे फुल्लां नूं उन्हां दे परिवार तक पहुँचा रही है, ते कई लोग गुम भी हो जांदे ने जिन्हां नूं लभण दे लई उन्हां नूं फोन भी आउंदे ने। इस काम दे विच उन्हां दी मदद विदेश च स्थित गुरु घर दे मैंबर अते कुछ वधिया परिवार दे इंडियन लोग करदे ने। ਉਹ ਮ੍ਰਿਤਕ ਪਰਿਵਾਰਾਂ ਤੋਂ ਇਸ ਸੰਬੰਧੀ ਕੋਈ ਵੀ ਪੈਸਾ ਨਹੀਂ ਲੈਂਦੇ ਤੇ ਨਾਲ ਹੀ ਮ੍ਰਿਤਕ ਦਾ ਸਮਾਨ ਵੀ ਪਰਿਵਾਰ ਨੂੰ ਸੌਂਪ ਦਿੰਦੇ ਨੇ। ਤਾਂ ਦੱਸ ਦਈਏ ਕਿ ਜਲੰਧਰ ਦੇ ਵਸਨੀਕ ਸੀ ਜਿਨ੍ਹਾਂ ਦੀਆਂ ਇਹ ਅਸਥੀਆਂ ਉਹਨਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ। ਬਾਲ ਸਿੰਘ ਹੈ ਜੀ, ਤੇ ਮੈਂ ਪੈਰਿਸ ਫਰਾਂਸ ਪਿਛਲੇ 32 ਸਾਲਾਂ ਤੋਂ ਰਹਿ ਰਿਹਾ ਤੇ ਅੱਜ ਤੁਹਾਡੇ ਮੈਂ ਰੂਬਰੂ ਹੋਇਆ ਕਿ ਜਿਹੜੇ ਫਰਾਂਸ ਦੇ ਵਿੱਚ 2024 ਜਨਵਰੀ ਤੋਂ ਲੈ ਕੇ ਹੁਣ ਤੱਕ ਬੰਦੇ ਮਰੇ ਜਿਹੜੇ 16, ਉਹਨਾਂ ਦੇ ਵਿੱਚੋਂ ਜਿਹੜੇ 9 ਦੇ ਸੰਸਕਾਰ ਹੋਏ ਸੀ ਉਹਨਾਂ ਦੇ ਮੈਂ ਫੁੱਲ ਲੈ ਕੇ ਤੁਹਾਡੇ ਕੋਲ ਪਹੁੰਚਿਆ। 3 ਡੈੱਡ ਬੋਡੀਆਂ ਸੀ ਪਹਿਲਾਂ ਭੇਜ ਚੁੱਕਿਆ, 1 ਡੈੱਡ ਬੋਡੀ ਮੈਂ ਨਾਲ ਲੈ ਕੇ ਆਇਆ ਵਾਂ ਅਤੇ 2 ਦੇ ਸੰਸਕਾਰ ਉੱਥੇ ਮੇਰੇ ਤੋਂ ਬਾਅਦ ਜਿਹੜੇ 1 28 ਨੂੰ ਹੋਣਾ ਆ ਅਤੇ 1 ਕੱਲ੍ਹ ਹੋ ਗਿਆ ਆ। ਮੈਂ ਸੰਸਥਾ ਚਲਾਉਂਦਾ ਜੀ, ਔਰਰ ਡਾਊਨਰ ਨਾਮ ਦੀ ਸੰਸਥਾ ਜਿਹੜੀ ਮੈਂ 2005 ਦੀ ਰਜਿਸਟਰਡ ਕਰਵਾਈ ਹੋਈ ਹੈ ਔਰ ਸਾਰਾ ਕੰਮ ਅਸੀਂ ਲੀਗਲ ਤੌਰ 'ਤੇ ਕਰਦੇ ਹਾਂ। ਸਰਕਾਰੀ ਤੌਰ 'ਤੇ ਅਸੀਂ ਇਹਨਾਂ ਬੰਦਿਆਂ ਦਾ ਸੰਸਕਾਰ ਕਰਕੇ ਉਹਦੇ ਜਿਹੜੇ ਉੱਥੋਂ ਦੇ ਸਰਟੀਫਿਕੇਟ ਹੁੰਦੇ ਨੇ ਸੰਸਕਾਰ ਦੇ, ਉਹ ਅਸੀਂ ਲਿਆ ਕੇ ਪਰਿਵਾਰਾਂ ਨੂੰ ਉਹਨਾਂ ਨੂੰ ਅਸੀਂ ਸੌਂਪਦੇ ਔਰ ਉੱਥੋਂ ਜਿਹੜੇ ਫੁੱਲ ਹੁੰਦੇ ਨੇ ਉਹ ਵੀ ਅਸੀਂ ਪਰਿਵਾਰਾਂ ਨੂੰ ਚਾ ਕੇ ਦਿੰਦੇ ਹਾਂ ਤਾਂ ਕਿ ਉਹਨਾਂ ਦੇ ਪਰਿਵਾਰ ਜਿਹੜੇ ਉਹਦੇ ਆਪਣੇ ਹੱਥੀਂ ਜਿਹੜੀ ਅਖੀਰਲੀ ਕਿਰਿਆਕਰਮ ਆਪਣੇ ਹੱਥੀਂ ਕਰ ਸਕਣ ਉਹਨਾਂ ਦੀ, ਤਾਂ ਕਿ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੀ, ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਦੇਵੇ ਅਤੇ ਜਿਹੜੇ ਉਹ ਫੁੱਲ ਨੇ ਉਹ ਆਪਣੇ ਹੱਥੀਂ ਜਿੱਥੇ ਵੀ ਕਿਸੇ ਦਾ ਦਿਲ ਕਰਦਾ, ਕੋਈ ਕੀਰਤਪੁਰ ਸਾਹਿਬ, ਕੋਈ ਹਰਿਦੁਆਰ, ਜਿੱਥੇ ਜਿੱਥੇ ਵੀ ਕਿਸੇ ਦੀ, ਨਾਲੇ ਅਸੀਂ ਇਹ ਜਿਹੜਾ ਕੰਮ ਕਰਦੇ ਸਾਰੇ ਧਰਮਾਂ ਵਾਸਤੇ ਕਰਦੇ ਹਾਂ, ਨਾ ਕਿ ਇਕੱਲੇ ਸਿੱਖਾਂ ਵਾਸਤੇ ਕਰਦੇ ਹਾਂ। ਜੇ ਕੋਈ ਉੱਥੇ ਹਿੰਦੂ ਵੀਰ ਦੀ ਮੌਤ ਹੋ ਜਾਂਦੀ ਹੈ ਤਾਂ ਉਹਨੂੰ ਅਸੀਂ ਬ੍ਰਾਹਮਣ ਬੁਲਾ ਕੇ ਉਹਦੀ ਪੂਜਾ ਕਰਵਾਉਂਦੇ ਹਾਂ, ਹਵਨ ਕਰਵਾਉਂਦੇ ਹਾਂ। ਜੇਕਰ ਮੁਸਲਮਾਨ ਦੀ ਕਿਸੇ ਦੀ ਮੌਤ ਹੋ ਜਾਂਦੀ ਤਾਂ ਅਸੀਂ ਮੌਲਵੀ ਨੂੰ ਬੁਲਾਉਂਦੇ ਹਾਂ, ਜੇਕਰ ਕੋਈ ਯਹੂਦੀ ਦੀ ਮੌਤ ਹੋਈ ਜੇ ਤਾਂ ਅਸੀਂ ਪਾਦਰੀ ਨੂੰ ਬੁਲਾਉਂਦੇ ਹਾਂ। ਜਿਵੇਂ ਦਾ ਕੋਈ ਬੰਦਾ ਹੋਵੇ ਉਹਦੇ ਧਰਮ ਅਨੁਸਾਰ ਹੀ ਅਸੀਂ ਸਾਰੀ ਕਿਰਿਆਕਰਮ ਕਰਦੇ ਹਾਂ। ਅਸੀਂ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੰਦੇ ਹਾਂ ਅਤੇ ਜਿਹੜੀਆਂ ਅਸੀਂ ਡੈੱਡ ਬੋਡੀਆਂ ਭੇਜੀਆਂ ਨੂੰ ਅਸੀਂ ਭਾਰਤ ਦੇ ਹਰ ਕੋਨੇ 'ਚ ਭੇਜਦੇ ਹਾਂ। ਵੀ ਆਰ ਦਾ ਵਰਕ ਫਾਰ ਹੋਲ ਪਾਰਟਸ ਆਫ ਇੰਡੀਆ, ਨਾਟ ਓਨਲੀ ਫਾਰ ਪੰਜਾਬ। ਪਰਿਵਾਰਾਂ ਕੋਲ ਅਸੀਂ ਕਦੀ ਅੱਜ ਤੱਕ 2003 ਤੋਂ ਅਸੀਂ ਵੈਸੇ ਸ਼ੁਰੂ ਕੀਤਾ ਸੀ, 2005 'ਚ ਸਾਡੀ ਜਿਹੜੀ ਐਸੋਸੀਏਸ਼ਨ ਬਣੀ ਹੈ। ਅੱਜ ਤੱਕ ਅਸੀਂ ਕਿਸੇ ਪਰਿਵਾਰ ਕੋਲੋਂ ਕਦੀ ਕੋਈ ਪੈਸਾ ਨਹੀਂ ਲਿਆ, ਚਾਹੇ ਪਰਿਵਾਰ ਅਮੀਰ ਹੋਵੇ ਚਾਹੇ ਗਰੀਬ ਹੋਵੇ। ਫਰਾਂਸ ਦੇ ਜਿਹੜੇ ਗੁਰਦੁਆਰੇ ਨੇ ਉਹ ਦਿਲ ਖੋਲ੍ਹ ਕੇ ਸਾਡੀ ਮਦਦ ਕਰਦੇ ਨੇ, ਸਾਧ ਸੰਗਤ ਮਦਦ ਕਰਦੀ ਹੈ, ਜਿਹੜੇ ਉੱਥੋਂ ਦੇ ਵਿਛਿੰਦੇ ਨੇ ਜਿਹੜੇ ਭਾਰਤੀ ਨੇ ਉਹ ਵੀ ਸਾਡੀ ਮਦਦ ਜਿਹੜੀ ਪੂਰੀ ਕਰਦੇ ਨੇ।
ਸਾਨੂੰ ਅੱਜ ਤੱਕ ਉਹਨਾਂ ਦੀ ਬਦੌਲਤ, ਫਰਾਂਸ ਦੀ ਸਾਧ ਸੰਗਤ ਦੀ ਬਦੌਲਤ, ਕਦੀ ਪੈਸੇ ਦੀ ਘਾਟ ਜਿਹੜੀ ਕਦੀ ਸਾਨੂੰ ਮਹਿਸੂਸ ਨਹੀਂ ਹੋਈ। ਇਨਫੋਰਮੇਸ਼ਨ ਜਿਵੇਂ ਮੰਨ ਲਓ ਕਿ ਕਿਸੇ ਪਿੰਡ ਦਾ ਮੁੰਡਾ ਮਰਿਆ, ਉਹਦੇ ਨਾਲ ਦੇ ਪਿੰਡ ਵਾਲੇ ਮੁੰਡੇ ਜਿਹੜੇ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਨੇ, ਜਾਂ ਇਲਾਕੇ ਦੀ ਜਿਹੜੀ ਪੁਲਿਸ ਵੀ ਕਈ ਵਾਰੀ ਦੇ ਦਿੰਦੀ ਇਨਫੋਰਮੇਸ਼ਨ ਸਾਨੂੰ, ਅਤੇ ਮੇਰੀ ਐਸੋਸੀਏਸ਼ਨ ਦਾ ਨਾਮ ਜਿਹੜਾ ਰਜਿਸਟਰਡ ਹੈ, ਕਈ ਵਾਰੀ ਮੈਨੂੰ ਪੁਲਿਸ ਦਾ ਵੀ ਫੋਨ ਆ ਜਾਂਦਾ, ਪਿੰਡ ਦੇ ਮੁੰਡਿਆਂ ਦਾ ਵੀ ਫੋਨ ਆ ਜਾਂਦਾ, ਕਿਸੇ ਰਿਸ਼ਤੇਦਾਰ ਦਾ ਫੋਨ ਆ ਜਾਂਦਾ, ਜਾਂ ਕੋਈ ਬੰਦਾ ਪਰਿਵਾਰ ਦਾ ਮੁੰਡਾ ਕੋਈ ਤਿੰਨ ਜਾਂ ਚਾਰ ਦਿਨ ਘਰ ਕਨੈਕਸ਼ਨ ਨਹੀਂ ਕਰਦਾ, ਅਤੇ ਉਹ ਫਿਰ ਪਿੰਡ ਵਾਲੇ ਕੀ ਕਰਦੇ, ਆਪਣੇ ਨਾਲ ਦੇ ਹੋਰ ਮੁੰਡੇ ਦਾ ਫੋਨ ਕਰਕੇ ਵੀ ਪਤਾ ਕਰੀ ਵੀ ਤੇਰੇ ਨਾਲ ਦੇ ਮੁੰਡੇ ਦਾ ਸਾਨੂੰ ਫੋਨ ਨਹੀਂ ਆ ਰਿਹਾ, ਕੀ ਗੱਲ ਆ। ਫਿਰ ਉਹ ਭਾਵੇਂ ਇਕੱਠੇ ਨਾ ਰਹਿੰਦੇ ਹੋਣ, ਉਹ ਪਤਾ ਕਰਕੇ ਦੱਸ ਦਿੰਦੇ ਆ, ਫਿਰ ਉਹ ਮੇਰੇ ਤੱਕ ਜਿਹੜੀ ਖਬਰ ਚੁੱਕੀ ਆ।